ਤੇ ਹੁਣ ਮੈਂ ਤੁਹਾਨੂੰ ਚੈਨਲ ਵਾਲੇ ਹਿਸਾਬ ਨਾਲ ਕਹਿਣਾ ਵੀ ਤਕੜੇ ਹੋ ਕੇ ਖਬਰ ਲਾਇਓ ਜਿਹੜੀ ਲਾਉਣੀ ਹੋਵੇ ਤੁਹਾਡੇ ਜੂਤ ਬਹੁਤ ਫਿਰਨੇ ਐਤਕੀ ਠੀਕ ਹੈ ਨਾ ਵੀਰੇ ਉਹਦੇ ਕਿਉਂ ਐਵੇਂ ਟਾਈਮ ਵੇਸਟ ਕੀਤਾ ਹਨ ਬਾਕੀ ਇਹਨਾਂ ਦੀ ਸੇਵਾ ਪੂਰੀ ਕਰਿਓ ਬਾਈ ਜੇ ਖਬਰ ਖੁਬਰ ਲਾਉਂਦੇ ਹੋਏ ਠੀਕ ਹੈ ਨਾ ਆਪਦਾ ਕੰਮ ਕਰੋ ਬੰਦਿਆਂ ਵਾਂਗੂ ਜਿਹੜਾ ਕੰਮ ਕਰਨ ਵਾਲਾ ਖਬਰਾਂ ਖੁਬਰਾਂ ਬਣਾਉਣ ਵਾਲਾ ਨਹੀਂ ਤੁਹਾਡੇ ਚੈਨਲ ਚੁਨਲ ਜੇ ਗਾਇਬ ਹੋ ਜਾਣਗੇ ਤੁਹਾਨੂੰ ਮੈਂ ਦੱਸਾਂ ਪਰ ਜਿਹੜਾ ਕੰਮ ਕਰਦਾ ਜੋ ਖਬਰਾਂ ਲਾਉਂਦਾ ਹੈ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਲਾਈਕਾਂ ਦੇ ਵਿੱਚ ਇਹਨਾਂ ਦੀ ਚੰਗੀ ਸੇਵਾ ਪਾਣੀ ਕਰਿਆ ਕਰੋ ਹਰੇਕ ਖਬਰ ਦੇ ਵਿੱਚ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹਾਂ ਲੋਕਤੰਤਰ ਦਾ ਚੌਥਾ ਥੰਮ ਹਾਂ ਅਸੀਂ ਇਹ ਨਾ ਸੋਚੀ ਡਰਦੇ ਹਾਂ ਤੂੰ ਗੰਦ ਵੀ ਬੋਲੇ ਤਾਂ ਉਹ ਚੰਗੀਆਂ ਗੱਲਾਂ ਜੇ ਅਸੀਂ ਸੱਚ ਬੋਲੀਏ ਤਾਂ ਪਵਾੜਾ ਹੋ ਗਿਆ ਚੱਲ ਮੰਨਿਆ ਕਿ ਕੁਝ ਕੁ ਮਾੜੇ ਆ ਚੈਨਲ ਸਾਰਾ ਮੀਡੀਆ ਤਾਂ ਨਹੀਂ ਮਾੜਾ ਹੋ ਗਿਆ ਤੁੱਕੀਆਂ ਕਢਾਉਣ ਦੀਆਂ ਗੱਲਾਂ ਤੂੰ ਕਰਦਾ ਫੈਨਸ ਨੂੰ ਭੜਕਾਉਣ ਦੀਆਂ ਗੱਲਾਂ ਤੂੰ ਕਰਦਾ ਹਰ ਚੈਨਲ ਨੂੰ ਥੱਲੇ ਲਾਉਣ ਨੂੰ ਫਿਰਦਾ ਨਾ ਚਲਾਉਂਦਾ ਸੰਤਾਲੀਆਂ ਤੂੰ ਨਾ ਬਣਦੀ ਤੇਰੀ ਨਿਊਜ਼ ਕੋਈ ਤੂੰ ਰੱਖ ਕਿਰਪਾਨਾਂ ਤੇ ਖਾਧੀਆਂ ਰੋਟੀਆਂ ਜੋ ਬੀਜਿਆ ਉਹੀ ਹੁਣ ਫਸਲ ਹੋਈ ਯੂਥ ਨੂੰ ਗੁੰਡਾਗਰਦੀ ਦੇ ਰਾਹ ਪਾ ਕੇ ਆਪ ਤਾਂ ਤੂੰ ਹੁਣ ਵਿਚਾਰਾ ਹੋ ਗਿਆ ਚੱਲ ਮੰਨਿਆ ਕਿ ਕੁਝ ਕੁ ਮਾੜੇ ਆ ਚੈਨਲ ਸਾਰਾ ਮੀਡੀਆ ਤਾਂ ਨਹੀਂ ਮਾੜਾ ਹੋ ਗਿਆ ਗਾਲ ਬਿਨਾਂ ਤੂੰ ਕੋਈ ਗੱਲ ਨਹੀਂ ਕਰਦਾ ਪਤਾ ਲੱਗਦਾ ਧੀਆਂ ਦੀ ਕਿੰਨੀ ਤੂੰ ਇੱਜ਼ਤ ਕਰਦਾ ਡਿਵਾਈਡਰਾਂ ਤੇ ਤੂੰ ਗੱਡੀਆਂ ਚੜਾਉਣਾ ਲਿਖਣ ਲੱਗਿਆਂ ਦੇਖਦਾ ਨਹੀਂ ਕਾਤੋ ਜੇ ਬੰਦਾ ਮਾਰ ਕੇ ਕਸੂਰ ਹੋ ਪੁੱਛਦੇ ਫਿਰ ਬਾਅਦ ਵਿੱਚ ਮਾਫ਼ੀ ਮੰਗਦੇ ਕਾਤੋ ਅਸੀਂ ਹਰ ਵਾਰ ਤੇਰੇ ਪੱਖ 'ਚ ਨਹੀਂ ਬੋਲ ਸਕਦੇ ਸ਼ਾਇਦ ਇਸੇ ਲਈ ਤੈਨੂੰ ਸਾੜਾ ਹੋ ਗਿਆ ਚੱਲ ਮੰਨਿਆ ਕਿ ਕੁਝ ਕੁ ਮਾੜੇ ਆ ਚੈਨਲ ਸਾਰਾ ਮੀਡੀਆ ਤਾਂ ਨਹੀਂ ਮਾੜਾ ਹੋ ਗਿਆ ਸੱਭਿਆਚਾਰਕ ਕੋਈ ਗੀਤ ਤੁਸੀਂ ਗਾਓ ਪੰਜਾਬ ਪੰਜਾਬੀਅਤ ਦਾ ਨਾਮ ਬਣਾਓ ਰੱਬ ਦਿੱਤਾ ਤੁਹਾਨੂੰ ਗੁਣ ਕੋਈ ਚੰਗਾ ਉਹਨੂੰ ਚੰਗੇ ਕੰਮ ਵੀ ਲਾਓ ਪੰਜਾਬ ਨੂੰ ਨਾ ਐਵੇਂ ਲਹੂ ਲੁਹਾਨ ਕਰੀ ਜਾਓ ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨੇ ਘਰ ਨੇ ਉਜੜੇ ਮਾਵਾਂ ਦੀਆਂ ਗੋਦੀਆਂ ਹੋ ਗਈਆਂ ਨੇ ਖਾਲੀ ਅਜੇ ਵੀ ਇਹ ਸਮਾਂ ਸੰਭਾਲ ਲਓ ਪੰਜਾਬ ਨੂੰ ਜੇ ਬੀਤ ਗਈ ਰੁੱਤ ਜਾਣੀ ਨਹੀਂ ਸੰਭਾਲੀ ਧਾਲੀਵਾਲ ਉਦੋਂ ਲੱਗੂ ਪੰਜਾਬ ਹੁਣ ਨਿਆਰਾ ਹੋ ਗਿਆ ਚੱਲ ਮੰਨਿਆ ਕਿ ਕੁਝ ਕੁ ਮਾੜੇ ਆ ਚੈਨਲ ਸਾਰਾ ਮੀਡੀਆ ਤਾਂ ਨਹੀਂ ਮਾੜਾ ਹੋ ਗਿਆ ਸਾਰਾ ਮੀਡੀਆ ਤਾਂ ਨਹੀਂ ਮਾੜਾ ਹੋ ਗਿਆ ਹਿੰਸਾ ਭਰਪੂਰ ਗੀਤਾਂ ਨਾਲ ਅਕਸਰ ਚਰਚਾ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਫਿਰ ਆਪਣੀ ਘਟੀਆ ਸ਼ਬਦਾਵਲੀ ਨਾਲ ਮੀਡੀਆ ਉੱਤੇ ਹਮਲਾ ਕੀਤਾ ਹੈ ਅਤੇ ਆਨਲਾਈਨ ਇੰਸਟਾਗ੍ਰਾਮ ਉੱਤੇ ਲਾਈਵ ਆ ਕੇ ਮੀਡੀਆ ਖਿਲਾਫ਼ ਆਪਣੇ ਫੈਨਸ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਲਾਈਵ ਸਿੱਧੂ ਮੂਸੇਵਾਲਾ ਸੈਂਸਰ ਬੋਰਡ ਦੀ ਵੀ ਗੱਲ ਕਰਦੇ ਨਜ਼ਰ ਆਏ ਅਤੇ ਉਹਨਾਂ ਕਿਹਾ ਕਿ ਅਸੀਂ ਆਪਣੇ ਗਾਣੇ ਸੈਂਸਰ ਕਰਵਾਵਾਂਗੇ ਅਤੇ ਮੀਡੀਆ ਦੀਆਂ ਖਬਰਾਂ ਵੀ ਸੈਂਸਰ ਹੋਣੀਆਂ ਚਾਹੀਦੀਆਂ ਹਨ ਕਿਸੇ ਇੱਕ ਨਿੱਜੀ ਚੈਨਲ ਨਾਲ ਵੈਰ ਵਿਰੋਧ ਰੱਖਣ ਵਾਲੇ ਮੂਸੇਵਾਲਾ ਵੱਲੋਂ ਸਾਰੇ ਮੀਡੀਆ ਨੂੰ ਜਾਲੀ ਅਤੇ ਫੇਕ ਕਹਿਣ ਤੇ ਸਮੂਹ ਮੀਡੀਆ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਸੁਣੋ ਸਿੱਧੂ ਮੂਸੇਵਾਲਾ ਦੇ ਲਾਈਵ ਦਾ ਉਹ ਹਿੱਸਾ ਜਿਸ ਵਿੱਚ ਉਹ ਮੀਡੀਆ ਦੇ ਖਿਲਾਫ ਭੜਕਾਊ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਹਨ ਜਿਹੜੇ ਆ ਨਜਾਇਜ਼ ਖਬਰਾਂ ਪਲਾਨ ਬਣਾਈ ਜਾਂਦੇ ਨੇ ਉਹ ਕਰਤਾ ਸਿੱਧੂ ਨੇ ਠੇਗਾ ਦਿਖਾਤਾ ਸਿੱਧੂ ਨੇ ਉਹ ਕਰਤਾ ਵੀ ਸਾਲਿਓ ਸ਼ਰਮ ਕਰੋ ਮਾੜੀ ਮੋਟੀ ਤੁਸੀਂ ਸ਼ਰਮ ਕਰੋ ਤੁਹਾਡੀ ਇੰਨੀ ਭਕਾਈ ਮਾਰਨ ਦੇ ਬਾਵਜੂਦ ਇੰਨਾ ਬਹੁ ਬਹੁ ਕਰਨ ਦੇ ਬਾਵਜੂਦ ਵੀ ਇੰਨੇ ਲੋਕ ਮੈਨੂੰ ਪਿਆਰ ਕਰਦੇ ਨੇ ਤੁਹਾਡੇ ਮੂੰਹ 'ਤੇ ਚਪੇੜ ਹੈ ਇੱਕ ਤਰ੍ਹਾਂ ਦੀ ਖਿੱਚ ਕੇ ਚਪੇੜਾ ਇਸ ਚੀਜ਼ ਤੋਂ ਤੁਹਾਨੂੰ ਥੋੜ੍ਹੀ ਬਹੁਤ ਸ਼ਰਮ ਮੰਨਣੀ ਚਾਹੀਦੀ ਹੈ ਅਤੇ ਇਸ ਚੀਜ਼ ਤੋਂ ਤੁਹਾਨੂੰ ਥੋੜ੍ਹੀ ਜਿਹੀ ਦਿੱਖ ਲੈਣੀ ਚਾਹੀਦੀ ਹੈ ਵੀ ਕੋਈ ਅਸੀਂ ਜਿੰਨੀ ਮਰਜ਼ੀ ਤੁਸੀਂ ਪੁੱਠੇ ਹੋ ਲਓ ਖਬਰਾਂ ਲਾ ਲਓ ਪੁੱਠੀਆਂ ਜਿੰਨੇ ਮਰਜ਼ੀ ਆ ਦੋ ਤਿੰਨ ਪਤਾ ਨਹੀਂ ਪੋਸਟ ਪੰਜਾਬੀ ਪਤਾ ਨਹੀਂ ਕਿਹੜੇ ਚੈਨਲ ਨੇ ਮੇਰੇ ਸਾਲੇ ਜਿਹੜੇ ਐਵੇਂ ਯਾਨੀ ਕਿ ਪ੍ਰਾਹੁਣਾ ਬਣਾਈ ਫਿਰਦੇ ਨੇ ਮੈਨੂੰ ਨਜਾਇਜ਼ ਹੀ ਖਬਰਾਂ ਦੇ ਵਿੱਚ ਮੈਂ ਕਿਸ ਨਾਲ ਕੋਈ ਲੈਣਾ ਦੇਣਾ ਨਹੀਂ ਵੀਰੇ ਮੈਂ ਆਪਦੀ ਜ਼ਿੰਦਗੀ ਦਾ ਆਪਾਂ ਨਜ਼ਾਰੇ ਲੈਂਦੇ ਹਾਂ ਮੈਂ ਤੁਹਾਨੂੰ ਇੰਨੀ ਕੁ ਗੱਲ ਦੱਸਦਾ ਜਿੰਨੀ ਖਬਰਾਂ ਚਲਾਉਂਗੇ ਜਿੰਨੇ ਪੁੱਠੇ ਉਹ ਡਿੱਗੋਗੇ ਝੂਠੀਆਂ ਬਣਾਉਂਗੇ ਖਬਰਾਂ ਕੱਖ ਨਹੀਂ ਹੋਣਾ ਆਪਦਾ ਕੰਮ ਕਰੋ ਬੰਦਿਆਂ ਵਾਂਗੂ ਜਿਹੜਾ ਕੰਮ ਕਰਨ ਵਾਲਾ ਖਬਰਾਂ ਖੁਬਰਾਂ ਬਣਾਉਣ ਵਾਲਾ ਨਹੀਂ ਤੁਹਾਡੇ ਚੈਨਲ ਚੁਨਲ ਜੇ ਗਾਇਬ ਹੋ ਜਾਣਗੇ ਤੁਹਾਨੂੰ ਮੈਂ ਦੱਸਾਂ ਠੀਕ ਹੈ ਨਾ ਹਜੇ ਅਸੀਂ ਇੱਧਰਲੇ ਪਾਸੇ ਸਿੱਧੇ ਨਹੀਂ ਹੋਏ ਸਾਡੇ ਕੋਲ ਹੋਰ ਕੰਮ ਬਹੁਤ ਨੇ ਜੇ ਤੁਹਾਡੇ ਮਲੰਗਾਂ ਨਾਲ ਲੜਨ ਜੋ ਲੜਨ ਵਾਲਾ ਸਾਡੇ ਕੋਲ ਟਾਈਮ ਹੁੰਦਾ ਤਾਂ ਫਿਰ ਤੁਹਾਡੀ ਵੀ ਅਸੀਂ ਰੇਲ ਇਹੋ ਜਿਹੀ ਬਣਾਉਣੀ ਸੀ ਵੀ ਤੁਸੀਂ ਖਬਰਾਂ ਲਾਉਣ ਲੱਗੇ ਹਜ਼ਾਰ ਵਾਰੀ ਸੋਚਣਾ ਸੀ ਵੀ ਹਾਂ ਬਾਈ ਲਾਈਏ ਜਾਂ ਨਾ ਲਾਈਏ ਆ ਵਿੱਚ ਉਂਗਲਾਂ ਜੀਆਂ ਨਾ ਲਓ ਠੀਕ ਹੈ ਨਾ ਜੇ ਅਸੀਂ ਚੜਾਉਣ 'ਤੇ ਆ ਕੇ ਅਸੀਂ ਚੜਾਵਾਂਗੇ ਸਿੱਧੀ ਠੀਕ ਹੈ ਨਾ ਵੀਰੇ ਆਪਦਾ ਕੰਮ ਕਰੋ ਕਿਸੇ ਤੋਂ ਕੁਛ ਨਹੀਂ ਲੈਣਾ ਤੁਸੀਂ ਠੀਕ ਹੈ ਨਾ ਆਹ ਜਿਹੜੀਆਂ ਨਿਊਜ਼ਾਂ ਨਿਆਜ਼ਾਂ ਜੀ ਉਹਨੇ ਆਹ ਕਰਤਾ ਸਾਰਿਆਂ ਨੂੰ ਪਤਾ ਮੇਰਾ ਮੈਂ ਇੱਥੇ ਹੀ ਰਹਿਣਾ ਪੰਜਾਬ 'ਚ ਹੀ ਰਹਿਣਾ ਅਤੇ ਮੇਰੇ ਮਿਲਣ ਵਾਲਿਆਂ ਨੂੰ ਮੇਰੇ ਚਾਹੁਣ ਵਾਲਿਆਂ ਨੂੰ ਜਿਹੜੇ ਬੰਦੇ ਮੈਨੂੰ ਮਿਲ ਕੇ ਜਾਂਦੇ ਨੇ ਨਾ ਉਹਨਾਂ ਨੂੰ ਪਤਾ ਮੈਂ ਕਿਹੋ ਜਾਂ ਚੰਗਾ ਜਾਂ ਮਾੜਾ ਠੀਕ ਹੈ ਨਾ ਅਤੇ ਆਪਦਾ ਕੰਮ ਕਰਿਆ ਕਰੋ ਠੀਕ ਹੈ ਨਾ ਤੁਹਾਡੀ ਦੁੱਕੀ ਦੀਆਂ ਖਬਰਾਂ ਨਾਲ ਕੋਈ ਕਿਸੇ ਨੂੰ ਕੋਈ ਫਰਕ ਪੈਣ ਲੱਗਿਆ ਨਾ ਕਦੇ ਪਵੇ ਪਰ ਜਿਹੜਾ ਕੰਮ ਕਰਦਾ ਜੋ ਖਬਰਾਂ ਲਾਉਂਦਾ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਲਾਈਕਾਂ ਦੇ ਵਿੱਚ ਇਹਨਾਂ ਦੀ ਚੰਗੀ ਸੇਵਾ ਪਾਣੀ ਕਰਿਆ ਕਰੋ ਹਰੇਕ ਖਬਰ ਦੇ ਵਿੱਚ ਤਾਂ ਜੋ ਇਹਨਾਂ ਨੂੰ ਮਾੜੀ ਮੋਟੀ ਹੈਗਾ ਤਾਂ ਇਹ ਬੇਸ਼ਰਮੀ ਨੇ ਇਹੀ ਕੰਮ ਹੀ ਭਾਲਦੇ ਨੇ ਵੀ ਸਾਨੂੰ ਥੋੜ੍ਹੇ ਚੈਨਲ ਚੁਣ 'ਤੇ ਜੇ ਹੁਣ ਆਪਾਂ ਨਾਮ ਵੀ ਲੈ ਲਈਏ ਕਿਸੇ ਚੈਨਲ ਦਾ
इस गलती खुजन के हा हा साडा सिद्धू ने नाम लेता सानू चार बंदे जानन लग गए ते इन्हां गल्लां नूं छड्ड के मेरा वे इन्हां दी चंगी सेवा करो भाई इन्हां नूं अकल टिकाने लगे इन्हां दी सारयां दी इन्हां नूं पता लगे भी किसे ते झूठा किवें लाईदा हुंदा है ठीक है ना इन्हां दा रंगियाट पवा दिओ मेरा वीर ठीक है बाले बंदे तुसीं सूत कीते ने 90% तुसीं वी सूत कीते ने है ना मैं तां इधर गाणे वनी अपना तां ध्यान हैगा कम वनी ठीक है पर इन्हां दी रेल बना दिओ तो हूँ मैं थोड़ा चैनल वाले हिसाब न कहना भी तगड़े होकर खबर लाओ जी लाई हुई थोड़े जूत बहुत फिरने इतनी ठीक है ना भीर गाण से तुम सेंसर बोर्ड चाहते हो ठीक है जो कोई फिल्म आँगी वह सेंसर बोर्ड चाहते हो थोड़े तो सेंसर बोर्ड कौन लावे जिदे मर्जी खिलाफ मूँह चक के जो भकाई मारती मारती तो मैं दूजे सिंगर भी कहना दूजे बंद भी कहना भी जिन्ना चर इन्हों लंडवा सबक नहीं सिखाया जाऊगा उन्ना चर ये नहीं लौट आने ठीक है ना तो सारे तुसीं भी सेवा करो लीगली भी असीं उन्हां दी चंगी टका के सेवा करांगे ठीक है ना सारे तुसीं सेंसर बोर्ड चाहते हो अज तक गाने आपदे सेंसर करवाने हुण तुसीं आपदी खैर रखियो थोड़ी खबर सेंसर हुंदी है कि नहीं हुंदी ठीक है ना भाई चलो बाकी क्यों एवें टाइम वेस्ट किया है ना बाकी इन्हां दी सेवा पूरी करियो भाई जी खबर खुबर लाउंदे हुए ठीक है ना भी चंगी छाप हुण मैं कोशिश करूँगा मैं भी एक दूरी करूँगा सेवा तरीके दे नाल जिन्हां ने खबर लाई इन्हां दे लीगल एक्शन लाऊंगा तो तुसीं इन्हां दी नेरी ठा दिओ ब्यूरो रिपोर्ट प्राइम उदय।